ਮੈਂ ਅੱਜ ਡੇਂਜਰ ਜ਼ੋਨ ਦੀ ਪਰਫਾਰਮੈਂਸ ਦੇਣ ਜਾ ਰਿਹਾ ਅਤੇ ਮੈਂ ਉਹਦੇ ਲਈ ਇੱਕ ਫੋਕ ਗਾਣਾ ਰੈਡੀ ਕੀਤਾ। ਮੈਂ ਕੋਸ਼ਿਸ਼ ਕਰਾਂਗਾ ਆਪਣੇ ਗਾਣੇ ਨਾਲ ਜੱਜਿਸ ਨੂੰ ਇੰਪ੍ਰੈਸ ਕਰਕੇ ਸੇਫ ਜ਼ੋਨ ਵਿੱਚ ਆ ਸਕਦਾ। ਹਾਂਜੀ ਸੁਰਤਾਲ ਸਿਆ, ਸਹੀ ਲੱਗਿਆ ਆਪਣੇ ਵੱਲੋਂ ਸੁਰ ਤੇ ਤਾਲ? ਸਰ ਕੋਸ਼ਿਸ਼ ਕੀਤੀ ਹੈ, ਡਰ ਬੜਾ ਲੱਗਦਾ। ਪਿਛਲੀ ਵਾਰ ਦੇ ਕਮੈਂਟਸ ਬੜੇ ਅੱਛੇ ਮਜ਼ਬੂਤ ਸੀਗੇ। ਫਿਰ ਕਿਹਨਾਂ ਤੋਂ ਪੁੱਛੀ ਇਹਦਾ ਮਜ਼ਬੂਤ ਅਤੇ ਮਜ਼ਬੂਤ ਕਮੈਂਟਸ ਫਿਰ ਕਿਹਨਾਂ ਤੋਂ ਲਈ ਆਪਾਂ? ਸਚਿਨ ਭਾਈ ਤੋਂ। ਸਚਿਨ ਭਾਜੀ ਬਹੁਤ ਸੋਹਣਾ ਸੀ ਸੁਰਤਾਲ ਯਾਰ, ਬਹੁਤ 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 ਸਵਾਦ, ਥੈਂਕ ਯੂ, ਬਹੁਤ ਮਜ਼ੇਦਾਰ, ਲਾਜਵਾਬ ਔਰ ਦਿਲ ਖੁਸ਼ ਹੋ ਗਏ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਪੂਜਾ ਜੀ ਇੱਕ ਖਾਸ ਗੱਲ, ਤੁਸੀਂ ਆਪ ਆਪਣੀ ਪਰਫਾਰਮੈਂਸ ਨੂੰ, ਆਪਣੀ ਸਿੰਗਿੰਗ ਨੂੰ ਇੰਜੋਏ ਕਰ ਰਹੇ ਸੀ? ਲੋਕਾਂ ਦੀਆਂ ਰੋਣੇ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ। ਤੁਸੀਂ ਬਹੁਤ ਫੀਲ ਨਾਲ ਗਾਇਆ, ਬਹੁਤ ਠਹਿਰਾਵ ਨਾਲ ਗਾਇਆ। ਸੋ ਇਹ ਪਰਫਾਰਮੈਂਸ ਮੇਰੇ ਲਈ ਸੀ ਇੱਕਦਮ ਆਪਣੀ ਗਲਤੀ ਕਰਕੇ ਹੁਣ ਗਲਤੀ ਸੁਧਾਰ ਵੀ ਲਈ ਹੈ, ਇਸ ਚੀਜ਼ ਦੀਆਂ ਮੁਬਾਰਕਾਂ ਤੁਹਾਨੂੰ। ਕਿੰਨੀ ਖੂਬਸੂਰਤੀ ਹੈ ਸਾਡੇ ਲੋਕ ਗੀਤਾਂ ਦੀ ਵੀ, ਹਰ ਤਰ੍ਹਾਂ ਦੀਆਂ ਵੋਇਸਿਸ ਵਾਸਤੇ ਜਿਹੜੇ ਲੋਕ ਗੀਤ ਬਣੇ ਹੋਏ ਆ, ਜੇ ਕੋਈ ਹਿੱਕ ਦੇ ਜ਼ੋਰ ਨਾਲ ਗਾਉਂਦਾ ਉਹਦੇ ਵਾਸਤੇ ਅਲੱਗ ਤਰ੍ਹਾਂ ਦੇ ਰੰਗ ਨੇ, ਜੇ ਕੋਈ ਇਸ ਤਰ੍ਹਾਂ ਦੀ ਸੋਫਟ ਵੋਇਸ ਉਹਦੇ ਵਾਸਤੇ ਅਲੱਗ ਤਰ੍ਹਾਂ ਦੇ ਰੰਗ ਨੇ, ਇਹ ਖੂਬਸੂਰਤੀ ਹੈ ਸਾਡੇ ਵਿਰਸੇ ਦੀ। ਬਹੁਤ ਇੰਜੋਏ ਕਰਕੇ ਗਾਇਆ, ਬਹੁਤ ਪਿਆਰਾ ਗਾਇਆ। ਥੈਂਕ ਯੂ ਸਰ। ਪ੍ਰਿੰਸ ਭਾਅ ਜੀ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਗੱਲ ਕਰਨਾ ਚਾਹੁੰਦਾ ਕਿ ਅੱਜ ਕੱਲ੍ਹ ਇੱਦਾਂ ਦੀਆਂ ਆਵਾਜ਼ਾਂ ਬੜੀਆਂ ਘੱਟ ਸੁਣਨ ਨੂੰ ਮਿਲਦੀਆਂ ਕਿ ਜਿਹੜੀਆਂ ਕੰਨਾਂ ਨੂੰ ਬਹੁਤ ਵਧੀਆ ਲੱਗਦੀਆਂ ਨੇ, ਦਿਲ 'ਤੇ ਸਿੱਧਾ ਵਾਰ ਕਰਦੀਆਂ ਨੇ, ਹੈ ਨਾ। ਤੋ ਮੈਨੂੰ ਸਚਿਨ ਭਾਅ ਜੀ ਦੀ ਇੱਕ ਗੱਲ ਬਹੁਤ ਵਧੀਆ ਲੱਗਦੀ, ਅਸੀਂ ਕਦੀ ਕਦੀ ਬੈਠੇ ਜਦੋਂ ਕਿਤੇ ਘਰ ਹੋਈਆਂ ਐਪੀਸੋਡ ਵੇਖਦੇ ਨੇ ਵੋਇਸ ਆਫ ਪੰਜਾਬ, ਕਿ ਇਹ ਹਰੇਕ ਬੰਦੇ ਨੂੰ ਟੋਕ ਦਿੰਦੇ ਨੇ, ਟੋਕਣਾ ਚਾਹੀਦਾ ਕਿਉਂਕਿ ਜਦੋਂ ਸਾਨੂੰ ਗਲਤੀਆਂ ਦਾ ਪਤਾ ਨਹੀਂ ਲੱਗਦਾ ਅਸੀਂ ਉਹ ਤੱਕ ਉਹ ਗਲਤੀ ਸੁਧਾਰ ਦੇਣੀ ਹੈ। ਸੋ ਵਧੀਆ ਕਰੋ, ਪਰਮਾਤਮਾ ਤਰੱਕੀਆਂ ਬਖਸ਼ੇ ਜੀ। ਥੈਂਕ ਯੂ। ਰੈਮੀ ਭਾਅ ਜੀ ਇਹ ਗੱਲ ਹੈ
कि माइया माइया एक मियाँ बीवी की नोक झोंक है। ये वैसे भी सुनने बहुत वधिया लगता है, किसी भी किसी की वधिया सुर वाले बंदे दे मूँह चो सुनिया जाए तो होर भी वधिया लगता है। बाकी ये भी मेरे वीर ने बहुत वधिया गाया है, परमात्मा लंबी उम्र करे दी। थैंक यू भाई।